ਮੈਂ ਤੁਹਾਨੂੰ ਵਾਅਦਾ ਕੀਤਾ ਸੀਗਾ ਕਿ ਜੋ ਤੱਕ ਅਸੀਂ ਇਹ ਟੀਵੀ ਉਹਦੇ ਹੱਕਦਾਰ ਤੱਕ ਨਹੀਂ ਪਹੁੰਚਾਵਾਂਗੇ ਅਸੀਂ ਇੱਥੋਂ ਨਹੀਂ ਜਾਵਾਂਗੇ ਤੁਹਾਡੇ ਸਾਹਮਣੇ ਅਸੀਂ ਨੰਬਰ ਚੁੱਕ ਰਹੇ ਹਾਂ ਦੋ ਤਿੰਨ ਤਿੰਨ ਨੰਬਰਾਂ ਤੋਂ ਸਟ੍ਰਾਈਕ ਕਰ ਰਹੇ ਹਾਂ ਅਗਰ ਨੰਬਰ ਮੰਨ ਮਿਲ ਰਹੇ ਤਾਂ ਅਸੀਂ ਕੈਂਸਲ ਕਰ ਰਹੇ ਹਾਂ ਔਰ ਬਾਅਦ ਦੇ ਵਿੱਚ ਕਿਸੇ ਸੂਰਤ ਦੇ ਵਿੱਚ ਇੱਕ ਕਲੇਮ ਕਬੂਲ ਨਹੀਂ ਕੀਤਾ ਜਾਏਗਾ ਜੀ ਮੇਰੇ ਉੱਥੇ ਇਨਾਮ ਮਿਲਣੇ ਸੀ ਹਾਂਜੀ ਜਨਾਬ ਸਾਈਡ ਦੇ ਹੋ ਜਾ ਬਾਈ ਚਾਕਾ ਸਾਈਡ ਦੇ ਹੋ ਜਾ ਭਾਉ ਰਿਹਾ ਪਰਚੀ ਚੁੱਕਣੀ ਕਿਹੜਾ ਮੱਝ ਚੁੱਕਣੀ ਉਰੇ ਆਇਆ ਤੂੰ ਡਰਦਾ ਇੱਕ ਪਰਚੀ ਚੱਕ ਦੇ ਮੇਰੇ ਵੀਰ ਚੋਂ ਆਪਣੀ ਚੁੱਕ ਲਾ ਇਹ ਬੰਦ ਹੈ ਕਿਸੇ ਨੂੰ ਕੀ ਪਤਾ ਕਿਹਦੀ ਪਰਚੀ ਹੈਗੀ ਹੈ ਲਓ ਜੀ ਯਾਰ ਤੁਹਾਨੂੰ ਟੈਲੀਫੋਨ ਦੀ ਲੋੜ ਨਹੀਂ ਕਿ 99 ਵਾਲੇ ਹੈ ਐਵੇਂ ਕੰਮ ਖੱਪ ਪਈ ਹੋਈ ਹੈ ਮੁਹੰਮਦ ਅਫਜ਼ਲ ਗੇਦੜੀ 199 ਪਿੰਡ ਫੋਨ ਨੰਬਰ ਹੈ ਜੀ ਇਹਨਾਂ ਦਾ ਆਪਣਾ ਸੌਰੀ ਫੋਨ ਨੰਬਰ ਕਹਿ ਰਿਹਾ ਕੋਪਨ ਨੰਬਰ ਹੈ 66146 ਮੁਹੰਮਦ ਅਫਜ਼ਲ 66146 ਨੰਬਰ ਕੋਪਨ ਜੀ ਕੌਣ ਨੇ ਹੱਥ ਖੜਾ ਕਰੋ ਫਿਰ ਮੈਂ ਕਿਹਾ ਬੋਸ ਘਰ ਚੱਲੀਏ ਕਿਤੇ ਹੋਰ ਕੱਢ ਦਿਆਂਗੇ ਕੀ ਯਾਰ ਹੈ ਭਾਈ ਨੰਬਰ ਤਾਂ ਮਿਲਾਉਣਾ ਜੀ ਅਸੀਂ ਤਾਂ ਹਰ ਚੀਜ਼ ਮਿਲਾਉਣ ਨੂੰ ਤਿਆਰ ਫਿਰਨੇ ਹਾਂ ਦਿਲ ਨੂੰ ਦਿਲ ਮਿਲਾਉਣ ਨੂੰ ਤਿਆਰ ਫਿਰ ਰਹੇ ਲੇਕਿਨ ਕੋਈ ਆਉਂਦਾ ਹੀ ਨਹੀਂ ਹੈਗਾ ਲੈਣ ਹਾਂਜੀ ਜਨਾਬ ਟਰਾਈ ਕਰ ਰਹੇ ਨੇ ਮੁਹੰਮਦ ਅਫਜ਼ਲ 189 ਗੇਦੜੀ ਅਗਰ ਦੋਸਤ ਮੌਜੂਦ ਨੇ ਮੇਰੀ ਆਵਾਜ਼ ਸੁਣਨ ਨੇ ਆ ਕੇ ਆਪਣਾ ਟੀਵੀ ਨਾਮ ਚਲਾ ਜਾਣ ਉਹ ਡਰਦਾ ਹੋਵੇਗਾ ਪਤਾ ਨਹੀਂ ਐਵੇਂ ਲੈਟ ਜੀ ਦੇ ਦੇਣੀ ਹੈ ਅੱਜ ਛੱਡੋ ਪਰੇ ਰਹਿਣ ਦਿਓ ਠੀਕ ਹੈ ਨਾ ਲੇਕਿਨ ਮੈਂ ਦੱਸ ਦਿਆਂ ਵਾਰ ਵਾਰ ਕਿ ਹੁਣ ਫਾਈਨਲ ਪਰਚੀ ਚੁੱਕੀ ਜਾ ਰਹੀ ਹੈ ਜਿਹੜੀ ਸਿਰਫ ਇਸ ਟੀਵੀ ਵਾਸਤੇ ਮੁਹੰਮਦ ਅਸ਼ਰਫ 189 ਗੇਦੜੀ ਹਾਂਜੀ ਮੇਰਾ ਖਿਆਲ ਹੈ ਕਿ ਨੰਬਰ ਜਿਹੜੇ ਲੋਕਾਂ ਨੇ ਹੁਣ ਲਏ ਨੇ ਨਾ ਉਹੀ ਨੰਬਰ ਲਿਖਾ ਕੇ ਤੁਰ ਗਏ ਨੇ ਹੁਣ ਕਈ ਉਹਨੇ ਰੱਖੇ ਹੋਣੇ ਔਨ ਕਰਕੇ ਕਿਸੇ ਨੇ ਬੰਦ ਕਰਤੇ ਹੋਣੇ ਬੈਲ ਜਾ ਰਹੀ ਜਨਾਬ ਬੈਲ ਜਾ ਰਹੀ ਮੁਬਾਰਕ ਹੋਵੇ